ਸਿੰਘੂ ਬਾਰਡਰ ਹੋਇਆ, ਸ਼ਾਹਜਹਾਂ ਬਾਰਡਰ ਹੋਇਆ, ਠੀਕਰੀ ਵਾਲਾ ਬਾਰਡਰ ਦੂਸਰਾ ਸੀਗਾ। ਠੀਕ ਹੈ ਜੀ। ਉੱਥੇ ਤਕਰੀਬਨ ਪਿਛਲੇ 3 ਨਵੰਬਰ ਤੋਂ ਇਹ ਸਰਵਿਸ ਵੱਖਰੇ ਵੱਖਰੇ ਢੰਗ ਨਾਲ ਚੱਲ ਰਹੀ ਨੇ, ਪਰ ਹੁਣ ਅਸੀਂ ਇਹ ਵਾਲਾ ਜਿਹੜਾ ਨਾ ਇਹਨੂੰ ਸੋਰਟ ਆਫ ਮਿੰਨੀ ਹੌਸਪੀਟਲ ਦੇ ਤੌਰ ਦੇ ਉੱਤੇ ਠੀਕ ਹੈ ਸੈਟਅਪ ਕਰ ਲਿਆ। ਮਿੰਨੀ ਹੌਸਪੀਟਲ ਹੈ, ਜਿਵੇਂ ਤੁਸੀਂ ਦੇਖਿਆ ਕਿ ਬਾਹਰ ਓਪੀਡੀ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ ਵਿੱਚ ਜਿਹੜੀ ਹੈਗੀ ਨਾ, ਓਪੀਡੀ ਦੇ ਵਿੱਚ ਬਲੱਡ ਪ੍ਰੈਸ਼ਰ ਚੈੱਕ ਕਰਨਾ, ਸ਼ੂਗਰ ਚੈੱਕ ਕਰਨੀ, ਉਹ ਤਾਂ ਉੱਥੇ ਹੀ ਹੋਈ ਜਾ ਰਿਹਾ। ਅਗਰ ਕੋਈ ਮਰੀਜ਼ ਕਿਸੇ ਕਿਸਮ ਦੀ ਉਹਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਲਟਾਇਆ ਵੀ ਜਾ ਸਕਦਾ, ਲਟਾ ਕੇ ਉਹਦੀ ਉਸ ਹਿਸਾਬ ਨਾਲ ਟ੍ਰੀਟਮੈਂਟ ਕਰਨਾ, ਜੇ ਗਲੂਕੋਜ਼ ਲਾਉਣ ਦੀ ਜ਼ਰੂਰਤ ਪਈ ਉਹ ਵੀ ਹੈ। ਇਹ ਹੁਣ ਸਾਡੀ ਐਂਬੂਲੈਂਸ ਜਿਹੜੀ ਹੈਗੀ ਹੈ ਇਹ ਖੜ੍ਹੀ ਹੈ ਪ੍ਰਭਾਸਰਾ ਤੋਂ, ਔਰ ਇਹ ਰਾਤ ਨੂੰ ਅਗਰ ਕੋਈ ਵੀ ਮਰੀਜ਼ ਰਾਤ ਹੋਵੇ ਜਾਂ ਦਿਨ ਹੋਵੇ, ਇਹ ਸਾਡਾ ਜਿਹੜਾ ਹੈਗਾ ਇਹ ਫ੍ਰੀ ਹੈ। ਔਰ ਲੋਕਲ ਹੌਸਪੀਟਲਸ ਦੇ ਨਾਲ ਅਸੀਂ ਥੋੜ੍ਹਾ ਬਹੁਤਾ ਕੰਟੈਕਟ ਕੀਤਾ ਹੋਇਆ ਕਿ ਉਹਨਾਂ ਦੇ ਨਾਲ ਉਸ ਇੱਕਦਮ ਉਸ ਨੂੰ ਸ਼ਿਫਟ ਕਰ ਦਿੱਤਾ ਜਾਵੇ, ਇਹਨੂੰ ਅਲੋਟ ਕਰਤਾ ਕਿ ਜੇ ਹਰ ਇੱਕ ਜਿਵੇਂ ਜਿੱਥੇ ਜਿੱਥੇ ਲੰਗਰ ਲੱਗਿਆ ਹੈ ਜਿਹੜਾ ਉਹਨਾਂ ਦਾ ਕੋਈ ਮੁਖੀ ਉਹਨੂੰ ਅਲੋਟ ਕਰਤਾ, ਕਿ ਉਸ ਕਿਉਂਕਿ ਇਹਦੀ ਸਾਫ਼ ਸਫਾਈ ਵੀ ਕਰਨੀ ਪੈਣੀ ਹੈ ਨਾ, ਉਹਦੀ ਜ਼ਿੰਮੇਵਾਰੀ ਉਸ ਟੋਇਲਟ ਦੀ ਉਹਦੀ ਜ਼ਿੰਮੇਵਾਰੀ ਹੋਈ, ਸਾਂਭ ਸੰਭਾਲ ਕਰਦੇ ਨੇ ਅਤੇ ਜਿੰਦਾ ਲਾ ਕੇ ਚਾਬੀ ਉਹ ਲੈ ਗਏ ਨਾ, ਚਾਬੀਆਂ ਉਹਨਾਂ ਦੇ ਕੋਲ ਨੇ। ਹਾਂ, ਚਾਬੀਆਂ ਜਿਹੜੀਆਂ ਹੈਗੀਆਂ, ਜਿਵੇਂ ਹੁਣ ਜਿਹੜਾ ਸਾਡੇ ਵਾਲੀ ਟੀਮ ਹੈਗੀ ਆ ਉਹਦੇ ਕੋਲ ਇੱਕ ਚਾਬੀ ਹੈ, ਅੱਗੇ ਲੰਗਰ ਲੱਗਿਆ ਉਸਦੀ 2 ਨੰਬਰ ਚਾਬੀ ਹੈ, ਜਿਹੜਾ ਉੱਥੇ ਸਟੇਜ ਮੈਨੇਜ ਕਰ ਰਹੇ ਨੇ ਉਸਦੀ 3 ਨੰਬਰ ਚਾਬੀ ਹੈ। ਇਸ ਤਰ੍ਹਾਂ ਸਾਰਿਆਂ ਦੇ ਕੋਲ ਵੱਖਰੀਆਂ ਵੱਖਰੀਆਂ ਚਾਬੀਆਂ ਉਹਨਾਂ ਨੂੰ ਦਿੱਤੀਆਂ ਕਿ ਆਪਣੀ ਆਪਣੀ ਟੋਇਲਟ ਨੂੰ ਸਾਫ਼ ਰੱਖਣਾ ਵਿੱਚ ਜਿਹੜਾ ਹੈਗਾ। ਇਹ ਜਿਹੜੀ ਪ੍ਰੋਟੈਸਟ ਹੋਣ ਦੀ ਘੜੀ ਚੱਲ ਰਿਹਾ, ਇਹ ਹੱਕ ਸੱਚ ਦਾ ਪ੍ਰੋਟੈਸਟ ਹੈ। ਐਸਾ ਸੰਘਰਸ਼ ਨੋਰਮਲੀ, ਮੇਰੀ ਵੀ ਹੁਣ 60 ਸਾਲ ਉਮਰ ਹੋਣ ਲੱਗੀ ਹੈ ਲੇਕਿਨ ਮੈਂ ਤਾਂ ਕਦੀ ਦੇਖਿਆ ਨਹੀਂ। ਮੈਂ ਕਹੀਏ ਥੋੜ੍ਹੀ ਦੇਰ ਪਹਿਲਾਂ ਮੈਂ ਸਟੇਜ 'ਤੇ ਬੋਲ ਕੇ ਆਇਆ ਕਿ ਜਿਹੜੀਆਂ ਆਮ ਬਿਮਾਰੀਆਂ ਨੇ ਨਾ ਉਹਨਾਂ ਦਾ ਕਾਰਨ ਇੱਕ ਹੋਇਆ ਪਿਆ ਕਿ ਦੇਖੋ ਲੋਕ ਇਮੋਸ਼ਨਲ ਹੋ ਕੇ ਇਸ ਪ੍ਰੋਟੈਸਟ ਦੇ ਵਿੱਚ ਵੀ ਆਏ ਹੋਏ ਨੇ, ਸੱਚ ਦੀ ਲੜਾਈ ਲੜ ਰਹੇ ਨੇ ਔਰ ਹੱਕ ਦੀ ਲੜਾਈ ਲੜ ਰਹੇ ਨੇ। ਲੇਕਿਨ ਡਾਇਟ ਬਾਰੇ ਮੈਂ ਸਟੇਜ 'ਤੇ ਵੀ ਕਹਿ ਕੇ ਆਇਆ ਕਿ ਆਪਾਂ ਪਕਵਾਨ ਨਾ ਪਕਾਈਏ, ਸਿੰਪਲ ਖਾਣਾ ਜਿਹੜਾ ਹੈਗਾ ਬਣਾਉਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਹੁਣ ਬਹੁਤ ਸਾਰੇ ਮਰੀਜ਼ ਜਿਹੜੇ ਨੇ ਨਾ ਉਸ ਤਰ੍ਹਾਂ ਪਹਿਲਾਂ ਸ਼ੁਰੂ ਸ਼ੁਰੂ 'ਚ ਨਹੀਂ ਸੀ ਹੈ ਪਰ ਹੁਣ ਆਉਣ ਲੱਗ ਗਏ ਵਿੱਚ। ਬਜ਼ੁਰਗ ਆਦਮੀ ਜਾਂ ਬਿਮਾਰ ਆਦਮੀ ਥੋੜ੍ਹਾ ਜਿਹਾ ਇੱਥੇ ਆਉਣ ਤੋਂ ਜਾਂ ਤਾਂ ਪਰਹੇਜ਼ ਕਰਨ ਅਤੇ ਜਾਂ ਫਿਰ ਆਪਣੀ ਦਵਾਈ ਦਾ ਅਰੇਂਜਮੈਂਟ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਅਮਨਦੀਪ ਸਿੰਘ ਮਾਝਾ। ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਤੁਸੀਂ ਜਾਣਦੇ ਹੋ ਲਗਾਤਾਰ ਜਾਰੀ ਨੇ, ਲੱਖਾਂ ਦੀ ਗਿਣਤੀ 'ਚ ਕਿਸਾਨ ਬੈਠੇ ਨੇ ਦਿੱਲੀ ਦੇ ਬਾਰਡਰਾਂ 'ਤੇ, ਟਿਕਰੀ ਬਾਰਡਰ 'ਤੇ, ਸਿੰਘੂ ਬਾਰਡਰ 'ਤੇ। ਸੋ ਤੁਹਾਨੂੰ ਤਸਵੀਰਾਂ ਸਿੰਘੂ ਬਾਰਡਰ ਦੀਆਂ ਚਾਰ ਹਰ ਵਾਰ ਤੁਸੀਂ ਦੇਖਦੇ ਹੋ, ਤੁਹਾਨੂੰ ਟਿਕਰੀ ਬਾਰਡਰ ਦੀਆਂ ਤਸਵੀਰਾਂ ਦਿਖਾ ਰਿਹਾ, ਗਰਾਊਂਡ ਜ਼ੀਰੋ ਤੋਂ ਤਸਵੀਰਾਂ ਨੇ। ਟਿਕਰੀ ਬਾਰਡਰ ਦੀ ਸਟੇਜ ਸਾਹਮਣੇ ਚੱਲ ਰਹੀ ਆ, ਪਕੌੜਾ ਚੌਂਕ 'ਚ ਸਟੇਜ ਚੱਲ ਰਹੀ ਆ। ਕੈਮਰਾਮੈਨ ਨੂੰ ਮੈਂ ਕਹੂੰਗਾ ਵੀ ਸਟੇਜ ਦਿਖਾਓ, ਕੈਮਰਾਮੈਨ ਨੂੰ ਕਹੂੰਗਾ ਸਟੇਜ, ਪਕੌੜਾ ਚੌਂਕ 'ਚ ਸਟੇਜ ਸਾਹਮਣੇ ਚੱਲ ਰਹੀ ਆ। ਸੋ ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾਉਂਦੇ ਹਾਂ ਕਿ ਟਿਕਰੀ ਬਾਰਡਰ 'ਤੇ ਸਟੇਜ ਜਾਰੀ ਆ, ਸਿੰਘੂ ਬਾਰਡਰ 'ਤੇ ਸਟੇਜਾਂ ਚੱਲਦੀਆਂ ਨੇ। ਟਿਕਰੀ ਬਾਰਡਰ 'ਤੇ ਇੱਕ ਸਟੇਜ ਜਿੱਥੇ ਬੈਰੀਗੇਡ ਲੱਗੇ ਹੋਏ ਨੇ, ਦਿੱਲੀ ਬਾਰਡਰ ਦੀ ਸ਼ੁਰੂਆਤ ਆਉਂਦੀ ਆ, ਦਿੱਲੀ 'ਚ ਐਂਟਰੀ ਹੁੰਦੀ ਆ, ਉੱਥੇ ਸਟੇਜ ਲੱਗੀ ਆ। 2 ਸਟੇਜਾਂ ਵੱਡੀਆਂ ਲੱਗੀਆਂ ਹੋਈਆਂ ਨੇ। ਤੁਹਾਨੂੰ ਜਾਣਕਾਰੀ ਦੇ ਦਈਏ, ਵੱਖ ਵੱਖ ਸਮਾਜ ਸੇਵਕ ਜਥੇਬੰਦੀਆਂ ਕਿਸਾਨਾਂ ਦੇ ਧਰਨੇ ਵਿੱਚ ਵੱਡੀ ਸੇਵਾ ਕਰ ਰਹੀ ਨੇ, ਵੱਡੀ ਸੇਵਾ ਨਿਭਾ ਰਹੇ ਨੇ। ਵੱਡੇ ਦਾਨੀ ਖਾਣ ਪੀਣ ਦਾ ਸਮਾਨ ਦੇ ਕੇ ਜਾ ਰਹੇ ਨੇ। ਇੱਕ ਡਾਕਟਰਾਂ ਦੀਆਂ ਵੱਡੀਆਂ ਵੱਡੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ। ਤੁਹਾਨੂੰ ਦੱਸ ਦੇ ਕਿ ਮਿੰਨੀ ਹੌਸਪੀਟਲ ਬਣਾਇਆ ਹੋਇਆ,
ਇੱਕ ਪ੍ਰਭ ਆਸਰਾ NGO ਆ, ਉਹਨਾਂ ਵੱਲੋਂ ਮਿੰਨੀ ਹੌਸਪੀਟਲ ਆ, ਦਵਾਈਆਂ ਦੇ ਰਹੇ ਨੇ, BP ਚੈੱਕ, ਹਰ ਤਰ੍ਹਾਂ ਦੀ ਦਵਾਈ ਉਪਲਬਧ ਆ ਇੱਥੇ, ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕਿਸਾਨ ਨੂੰ ਪ੍ਰੋਬਲਮ ਆ, ਫ੍ਰੀ ਚੈੱਕਅਪ ਕੀਤਾ ਜਾਂਦਾ ਅਤੇ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ। ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾ ਰਹੇ ਹਾਂ ਟਿਕਰੀ ਬੋਰਡ ਦੀਆਂ, ਜਿੱਥੇ ਮਿੰਨੀ ਹੌਸਪੀਟਲ ਬਣਾਇਆ ਹੋਇਆ, ਕਿਸੇ ਵੀ ਕਿਸਾਨ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਮਿੰਨੀ ਹੌਸਪੀਟਲ, ਇੱਥੇ ਡਾਕਟਰ ਨੇ, ਡਾਕਟਰ ਦਲੇਰ ਸਿੰਘ ਮੁਲਤਾਨੀ ਦੀ ਅਗਵਾਈ ਵਿੱਚ, ਸਿਵਲ ਸਰਜਨ ਡਾਕਟਰ ਨੇ ਦਲੇਰ ਸਿੰਘ ਮੁਲਤਾਨੀ, ਜੋ ਚੈੱਕਅਪ ਕਰ ਰਹੇ ਨੇ, ਮਰੀਜ਼ ਦਾ ਚੈੱਕਅਪ ਹੋ ਰਿਹਾ। ਸੋ ਤਸਵੀਰਾਂ ਤੁਸੀਂ ਟਿੱਕਰੀ ਬੋਰਡ ਦੀਆਂ ਸਿੱਧੀਆਂ ਦੇਖ ਸਕਦੇ ਹੋ। ਕਰਾਂਗੇ ਡਾਕਟਰ ਮੁਲਤਾਨੀ ਨਾਲ ਗੱਲਬਾਤ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੋਂ ਤੋਂ ਡਾਕਟਰ ਸਾਹਿਬ ਇਹ ਸੇਵਾ ਤੁਸੀਂ ਨਿਭਾ ਰਹੇ ਹੋ ਇੱਥੇ? ਇਹ ਇੱਕ ਹਫ਼ਤਾ ਹੋ ਗਿਆ, ਇੱਕ ਹਫ਼ਤੇ ਤੋਂ ਇੱਥੋਂ ਚੱਲ ਰਹੀ ਹੈ, ਪਰ ਇਸ ਤੋਂ ਪਹਿਲਾਂ ਵੀ ਅਸੀਂ ਜਿਹੜੇ ਨਾ ਬਾਕੀ ਸਾਰੇ ਬਾਰਡਰ ਹੈਗੇ, ਜਿਵੇਂ ਸਿੰਘੂ ਬਾਰਡਰ ਹੋਇਆ, ਸ਼ਾਹਜਹਾਂ ਬਾਰਡਰ ਹੋਇਆ, ਟਿੱਕਰੀ ਵਾਲਾ ਬਾਰਡਰ ਦੂਸਰਾ ਸੀਗਾ, ਉੱਥੇ ਤਕਰੀਬਨ ਪਿਛਲੇ 3 ਨਵੰਬਰ ਤੋਂ ਇਹ ਸਰਵਿਸ ਵੱਖਰੇ ਵੱਖਰੇ ਢੰਗ ਨਾਲ ਚੱਲ ਰਹੀਆਂ ਨੇ, ਪਰ ਹੁਣ ਅਸੀਂ ਇਹ ਵਾਲਾ ਜਿਹੜਾ ਨਾ ਇਹਨੂੰ ਸੋਰਟ ਆਫ ਮਿੰਨੀ ਹੌਸਪੀਟਲ ਦੇ ਤੌਰ ਦੇ ਉੱਤੇ ਸੈਟਅਪ ਕਰ ਲਿਆ, ਅਤੇ ਇਹਨੂੰ ਕਰਕੇ ਦੇਖਣਾ ਵਿੱਚ ਦੇਖ ਰਹੇ ਹਾਂ ਬੈੱਡ ਲੱਗਿਆ ਹੋਇਆ। ਹਾਂਜੀ, ਐਮਰਜੈਂਸੀ ਜੇ ਕਿਸੇ ਵੀ ਮਰੀਜ਼ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਉਹਨੂੰ ਬੈੱਡ ਵੀ ਉਪਲਬਧ ਆ, ਅਤੇ ਸਾਰੀਆਂ ਕਿੰਨੀਆਂ ਕੁ ਇੱਥੇ ਤੁਸੀਂ ਮਤਲਬ? ਦੇਖੋ ਅਸੀਂ ਇਹਨੂੰ ਨਾ ਸੋਰਟ ਆਫ ਮੈਂ ਕਹਾਂਗਾ ਕਿ ਮਿੰਨੀ ਹੌਸਪੀਟਲ ਹੈ, ਜਿਵੇਂ ਤੁਸੀਂ ਦੇਖਿਆ ਕਿ ਬਾਹਰ OPD ਜਿਹੜੀ ਹੈਗੀ ਆ ਉਹ ਚੱਲ ਰਹੀ ਹੈ, ਵਿੱਚ ਜਿਹੜੀ ਹੈਗੀ ਆ ਨਾ OPD ਦੇ ਵਿੱਚ ਬਲੱਡ ਪ੍ਰੈਸ਼ਰ ਚੈੱਕ ਕਰਨਾ, ਸ਼ੂਗਰ ਚੈੱਕ ਕਰਨੀ, ਉਹ ਤਾਂ ਉੱਥੇ ਹੀ ਹੋਈ ਜਾ ਰਿਹਾ। ਅਗਰ ਕੋਈ ਮਰੀਜ਼ ਕਿਸੇ ਕਿਸਮ ਦੀ ਉਹਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਲਟਾਇਆ ਵੀ ਜਾ ਸਕਦਾ, ਲਟਾ ਕੇ ਉਹਦੀ ਉਸ ਹਿਸਾਬ ਨਾਲ ਟ੍ਰੀਟਮੈਂਟ ਕਰਨਾ, ਜੇ ਗਲੂਕੋਜ਼ ਲਾਉਣ ਦੀ ਜ਼ਰੂਰਤ ਪਏਗੀ ਉਹ ਵੀ ਹੈ ਸਾਡੇ ਕੋਲ। ਇੱਕ ਮਿੰਟ ਸੰਦੀਪ ਹਟ ਲਿਆ, ਇਹ ਸਾਰਾ ਸਟਿਚਿੰਗ ਦਾ ਸਮਾਨ ਵੀ ਸਾਰਾ ਪਿਆ ਵਿੱਚ ਨਾ, ਜਿਹੜਾ ਜੇ ਬਾਈ ਚਾਂਸ ਮਾਈਨਰ ਕੋਈ ਸਟਿਚਿੰਗ ਦੀ ਗੱਲ ਹੁੰਦੀ ਹੈ, ਕੋਈ ਸੱਟ ਸੁੱਟ ਛੋਟੀ ਮੋਟੀ ਲੱਗ ਜਾਂਦੀ ਆ, ਉਹ ਵਾਲੀ ਟਾਂਕੇ ਲਾਉਣ ਦੀ ਜ਼ਰੂਰਤ ਪੈਂਦੀ ਆ, ਉਹ ਹੁੰਦੀ ਹੈ, ਜਾਂ ਇੱਕ ਬਹੁਤ ਸੀਰੀਅਸ ਮਰੀਜ਼ ਹੁੰਦਾ ਜਿਹਦੇ ਕਰਕੇ ਜੇ ਉਹਨੂੰ ਆਕਸੀਜਨ ਲਾਉਣ ਦੀ ਜ਼ਰੂਰਤ ਪੈਂਦੀ ਹੈ, ਇਹ ਸਾਡੀ ਮਸ਼ੀਨ ਜਿਹੜੀ ਹੈ। ਇਹ ਆਕਸੀਜਨ ਵਾਲੀ ਮਸ਼ੀਨ ਹੈ ਡਾਕਟਰ ਸਾਹਿਬ? ਇਹ ਆਕਸੀਜਨ ਵਾਲੀ ਮਸ਼ੀਨ ਹੈ, ਆਕਸੀਜਨ ਕੰਸਨਟ੍ਰੇਟਰ ਹੈ, ਇਹਦੇ ਨਾਲ ਵੱਖਰਾ ਸਿਲੰਡਰ ਜਿਵੇਂ ਆਮ ਲਾਇਆ ਹੁੰਦਾ ਉਹ ਲਾਉਣ ਦੀ ਜ਼ਰੂਰਤ ਨਹੀਂ, ਇਹ ਬਿਜਲੀ ਨਾਲ ਚੱਲ ਪੈਂਦੀ ਹੈ, ਆਟੋਮੈਟਿਕਲੀ ਆਕਸੀਜਨ ਜਿਹੜੀ ਹੈਗੀ ਆ ਉਹ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਕਿੰਨੀ ਆਕਸੀਜਨ ਜਿਹੜੀ ਦੇਣੀ ਹੈ ਜੇ ਮਰੀਜ਼ ਨੂੰ ਦੇਣੀ ਹੋਵੇ। ਠੀਕ ਹੈ, ਜਿਵੇਂ ਹੁਣ ਕਈ ਵਾਰੀ ਕੋਈ ਮਰੀਜ਼ ਜਿਹੜਾ ਹੈਗਾ ਨਾ ਜਿਹਦੇ ਜਿਵੇਂ ਆਪਾਂ ਕਹਿੰਦੇ ਛਾਤੀ ਜੰਮ ਜਾਵੇ ਬਹੁਤ ਜ਼ਿਆਦਾ, ਜਾਂ ਮੂੰਹ 'ਚ ਬਹੁਤ ਕੁਛ ਇਕੱਠਾ ਹੋ ਜਾਵੇ ਉਹਨੂੰ ਸੰਕਸ਼ਨ ਕਰਨ ਵਾਸਤੇ, ਇਹ ਸੰਕਸ਼ਨ ਓਪਰੇਟਰਸ ਵੀ ਜਿਹੜਾ ਪਿਆ ਹੋਇਆ ਸਾਡਾ ਸਰ। ਸੋ ਇਹ ਸਾਰੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਇੱਕ ਸੋਰਟ ਆਫ ਮਿੰਨੀ ਹੌਸਪੀਟਲ ਆਪਾਂ ਕਹਾਂਗੇ। ਐਂਬੂਲੈਂਸ ਮੈਂ ਤੁਹਾਨੂੰ ਦਿਖਾਉਣਾ ਬਾਹਰ, ਜਿਹੜੀ ਸਾਡੇ ਕੋਲ ਐਂਬੂਲੈਂਸ ਵੀ ਖੜ੍ਹੀ ਹੋਈ ਹੈ, ਮੈਡੀਸਨ ਸਾਡੇ ਕੋਲ ਵੈਸੇ ਵੀ ਕਾਫੀ ਜ਼ਿਆਦਾ ਮੈਡੀਸਨਸ ਹੈਗੀਆਂ ਨੇ, ਪਰ ਉਹ ਮੈਡੀਸਨ ਜਿਹੜੀਆਂ ਹੈਗੀਆਂ ਨੇ ਉਹ ਇਹ ਸਾਡੀ ਨਾ ਇੱਕ NGO ਚੱਲਦੀ ਹੈ, ਮੈਂ ਤੁਹਾਨੂੰ ਦੱਸਦਾ ਵਿੱਚ, ਜਿਵੇਂ ਤੁਸੀਂ ਤੁਹਾਨੂੰ ਦਿਖਾਓਗਾ ਇੱਥੇ ਥੋੜ੍ਹੀਆਂ ਥੋੜ੍ਹੀਆਂ ਫੋਟੋ ਕੁਛ ਜਿਹੜੀਆਂ ਹੈਗੀਆਂ ਨੇ, ਜਿਵੇਂ ਇਹਦੇ 'ਚ ਨਾ ਪ੍ਰਭ ਆਸਰਾ ਜੈਸਟ ਸੁਣਿਆ ਹੋਵੇ ਪਟਿਆਲਾ ਕੁਰਾਲੀ ਦੇ ਨੇੜੇ, ਉੱਥੇ ਵੈਸੇ ਪਹਿਲਾਂ ਉਹ ਹਾਊਸ ਫਾਰ ਡੈਸਟੀਚਿਊਟਸ ਹੈਗਾ ਬੇਸਹਾਰਿਆਂ ਵਾਸਤੇ, ਨਿਰਾਸਰਿਆਂ ਵਾਸਤੇ, ਉਹਦੇ ਨਾਲ ਹੀ ਇੱਕ ਹੌਸਪੀਟਲ ਵੀ ਹੁਣ ਪ੍ਰਭ ਆਸਰਾ ਚੈਰੀਟੇਬਲ ਹੌਸਪੀਟਲ ਵੀ ਖੋਲ੍ਹ ਦਿੱਤਾ ਗਿਆ, ਅੱਜ ਥੋੜ੍ਹਾ ਜਿਹਾ ਇੱਥੇ ਵਿਜੀ ਨੇ ਤੁਹਾਨੂੰ ਚਾਲੂ ਕਰ ਦੇਣਾ ਹੁਣ ਵਿੱਚ, ਵੈਸੇ ਉਹਦੇ 'ਚ ਭਾਈ ਸ਼ਮਸ਼ੇਰ ਸਿੰਘ ਜਿਹੜੇ ਨੇ ਅਤੇ ਉਹਨਾਂ ਦੀ ਮਿਸਿਜ਼ ਉਹ ਬਹੁਤ ਐਕਟਿਵਲੀ ਪਾਰਟੀਸਪੇਟ ਕਰ ਰਹੇ ਨੇ ਹੌਸਪੀਟਲ, ਬਿਲਕੁਲ ਫਰੀ ਉਹ ਹੌਸਪੀਟਲ ਦੇ ਵਿੱਚ ਨੋਮੀਨਲ ਚਾਰਜਿਸ ਜੇ ਜਿਹੜਾ ਹੌਸਪੀਟਲ ਚੱਲਦਾ ਰਹੇ। ਵੈਸੇ ਮੇਰੀ ਇੱਕ NGO ਪਹਿਲਾਂ ਚੱਲਦੀ ਹੈ ਉਹ ਸ਼ੈਲਟਰ ਚੈਰੀਟੇਬਲ ਲਾਲੂ ਚੱਲਦੀ ਹੈ, ਉਹ ਫਰੀ ਹੈ, ਹਾਂ ਉਹਦੇ 'ਚ ਅਸੀਂ ਚਾਰਜਿਸ ਵਗੈਰਾ ਨਹੀਂ ਲੈਂਦੇ, ਉੱਥੇ ਵੀ ਹੁਣ ਸਿਰਫ ਚਲਾਉਣ ਵਾਸਤੇ ਦਿਖਾਵਾਂਗੇ। ਇਹ ਹੁਣ ਸਾਡੀ ਐਂਬੂਲੈਂਸ ਜਿਹੜੀ ਹੈਗੀ ਹੈ ਇਹ ਖੜੀ ਹੈ ਪ੍ਰਭ ਆਸਰਾ ਤੋਂ, ਔਰ ਇਹ ਰਾਤ ਨੂੰ ਅਗਰ ਕੋਈ ਵੀ ਮਰੀਜ਼ ਰਾਤ ਹੋਵੇ ਜਾਂ ਦਿਨ ਹੋਵੇ ਇਹ ਸਾਡਾ ਜਿਹੜਾ ਹੈਗਾ ਇਹ ਫਰੀ ਹੈ, ਔਰ ਲੋਕਲ ਹੌਸਪੀਟਲਸ ਦੇ ਨਾਲ ਅਸੀਂ ਥੋੜ੍ਹਾ ਬਹੁਤਾ ਕੰਟੈਕਟ ਕੀਤਾ ਹੋਇਆ ਕਿ ਉਹਨਾਂ ਦੇ ਨਾਲ ਉਸ ਇੱਕਦਮ ਉਸ ਨੂੰ ਸ਼ਿਫਟ ਕਰ ਦਿੱਤਾ ਜਾਵੇ। ਔਰ ਇੱਕ ਮੈਂ ਤੁਹਾਨੂੰ ਹੋਰ ਵੀ ਦਿਖਾਵਾਂਗਾ ਵਿੱਚ ਕਿ ਤੁਹਾਨੂੰ ਅੰਦਰ ਦਿਖਾਉਣਾ ਮੈਂ, ਇੱਕ ਮਸ਼ੀਨ ਜਿਹੜੀ ਹੈਗੀ ਹੈ ਸਾਡੇ ਕੋਲ, ਉਹ ਮਸ਼ੀਨ ਜਿਹੜੀ ਹੈ ਉਹ ਇੱਥੇ ਦੇਖਿਆ ਗਿਆ ਸੀਗਾ ਕਿ ਥੋੜ੍ਹਾ ਆਸੇ ਪਾਸੇ ਗੰਦ ਜਿਵੇਂ ਬਹੁਤ ਜ਼ਿਆਦਾ, ਮੱਖੀਆਂ ਬਹੁਤ ਜ਼ਿਆਦਾ ਸੀਗੀਆਂ, ਉਹ ਮੱਖੀਆਂ ਦਾ ਨੂੰ ਜਿਹੜਾ ਹੈਗਾ ਆਪਾਂ ਖਤਮ ਕਰਨ ਵਾਸਤੇ। ਸੋ ਡਾਕਟਰ ਸਾਹਿਬ ਪੂਰੀ ਜਾਣਕਾਰੀ ਦੇ ਰਹੇ ਨੇ ਕਿ ਕੀ ਸਹੂਲਤਾਂ ਨੇ ਇੱਥੇ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਐਂਬੂਲੈਂਸ ਦਿਖਾਈ ਆ, ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਐਂਬੂਲੈਂਸ ਇੱਥੇ ਪੱਕੀ ਖੜ੍ਹੀ ਆ। ਡਾਕਟਰ ਮੁਲਤਾਨੀ ਦਾ ਕਹਿਣਾ
ਕਿ ਅਸੀਂ ਕੰਟੈਕਟ ਕਰਿਆ ਹੋਇਆ ਆਲੇ ਦੁਆਲੇ ਹੌਸਪੀਟਲ ਨੇ, ਜੇ ਕੋਈ ਐਮਰਜੈਂਸੀ ਕਿਸੇ ਮਰੀਜ਼ ਨੂੰ ਦਿੱਕਤ ਆਉਂਦੀ ਆ, ਕਿਸੇ ਕਿਸਾਨ ਨੂੰ ਦਿੱਕਤ ਆਉਂਦੀ ਆ, ਤਾਂ ਸਾਡਾ ਕੰਟੈਕਟ ਉੱਥੇ ਕਰਿਆ ਹੋਇਆ, ਤਾਂ ਐਂਬੂਲੈਂਸ ਜ਼ਰੀਏ ਅਸੀਂ ਜਲਦੀ 'ਚ ਉੱਥੇ ਇੱਕ ਪੇਸ਼ੈਂਟ ਨੂੰ ਲੈ ਕੇ ਜਾ ਸਕਦੇ ਹਾਂ। ਯਾਨੀ ਕਿ ਮਿੰਨੀ ਹੌਸਪੀਟਲ ਤਾਂ ਇਹਨਾਂ ਨੇ ਕਿਹਾ ਕਿ ਉਰੇ ਬਣਾਇਆ ਹੋਇਆ, ਪੂਰੀਆਂ ਸੁਵਿਧਾਵਾਂ ਉਪਲਬਧ ਨੇ, ਆਕਸੀਜਨ ਵੀ ਰੱਖੀ ਹੋਈ ਆ, ਸਾਰਾ ਸਿਸਟਮ ਆ ਇੱਥੇ। ਬਾਕੀ ਡਾਕਟਰ ਮੁਲਤਾਨੀ ਹੋਰ ਵੀ ਜਾਣਕਾਰੀ ਦਿੰਦੇ ਨੇ, ਕਰਾਂਗੇ ਗੱਲਬਾਤ। ਹਾਂਜੀ ਡਾਕਟਰ ਸਾਹਿਬ, ਕੀ ਕਹਿ ਰਹੇ ਸੀ ਤੁਸੀਂ? ਜਿਵੇਂ ਮੱਖੀਆਂ ਹੁੰਦੀਆਂ ਨੇ ਕਾਫੀ ਜ਼ਿਆਦਾ, ਇਹ ਫੋਗਿੰਗ ਮਸ਼ੀਨ ਹੈ। ਠੀਕ ਹੈ ਜੀ। ਇਹ ਕਿਤੇ ਕਿਤੇ ਆਪਾਂ ਸਾਰਿਆਂ ਨੂੰ ਤੁਸੀਂ ਦੇਖਿਆ ਹੋਣਾ, ਜਦੋਂ ਡੇਂਗੂ ਦਾ ਮੌਸਮ ਆਉਂਦਾ ਹੈ ਜਾਂ ਮਲੇਰੀਏ ਦਾ ਆਉਂਦਾ ਹੈ ਅਤੇ ਸਰਕਾਰ ਦਾ ਰੌਲਾ ਬੜਾ ਪੈਂਦਾ, ਪਰ ਅਸੀਂ ਇਹ ਮਸ਼ੀਨ ਜਿਹੜੀ ਹੈਗੀ ਨਾ, ਇਹ ਮਸ਼ੀਨ ਡੋਨੇਸ਼ਨ ਵਾਲੀ ਮਸ਼ੀਨ ਹੈ। ਇਹ ਮੈਂ ਜਦੋਂ ਆਪਣੀ ਐਕਟਿਵ ਸਰਵਿਸ, ਕਿਉਂਕਿ ਮੈਂ ਸਿਵਲ ਸਰਵਿਸ ਰਿਟਾਇਰ ਹੋਇਆ, ਕਈ ਸਾਰੇ ਥਾਵਾਂ 'ਤੇ ਅਸੀਂ ਡਿਟ ਕਰਾ ਕੇ ਦਿੱਤੀ ਹੋਈ ਸੀ। ਇੱਕ ਡੋਨੇਸ਼ਨ ਵਾਲੀ ਮਸ਼ੀਨ ਅੱਜ ਅਸੀਂ ਇੱਥੇ ਵੀ ਲੈ ਆਏ ਹਾਂ, ਅਤੇ ਇਹ ਖਾਸ ਕਰਕੇ ਜਿੰਨੇ ਟਰਾਲੀਆਂ ਵਾਲੇ ਹੈਗੇ ਆ ਜਾਂ ਕੁਛ ਹੈਗਾ, ਉੱਥੇ ਮੱਖੀਆਂ ਕਾਫੀ ਜ਼ਿਆਦਾ ਨੇ, ਉੱਥੇ ਹੁਣ ਡੇਲੀ ਸਪਰੇ ਕਰਾਂਗੇ। ਔਰ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਸੀਗੀ ਇੱਥੇ, ਉਹ ਸੀਗੀ ਲੈਟਰਨ ਦੀ। ਸਾਡੇ ਕੋਲ ਮੋਬਾਈਲ ਟੋਇਲਟ ਵੀ ਹੈ, ਅਸੀਂ ਸ਼ਾਇਦ ਮੈਂ ਤੁਹਾਨੂੰ ਦਿਖਾਉਣਾ ਬਾਹਰ ਜਿਹੜੀ ਹੈਗੀ ਖਿਡਾਰੀ ਖੜੀ ਹੈ, ਅਤੇ ਤਾਂ ਕਿ ਸਾਨੂੰ ਡਾਕਟਰ ਸਾਹਿਬ ਇਹ ਦੀ ਗੱਲ ਕਰਦੇ ਹੋ, ਕਿੰਨੀਆਂ ਕੁ ਮੱਖੀਆਂ ਨੂੰ ਮਤਲਬ ਕਿੰਨੀ ਕੁ ਜਗ੍ਹਾ 'ਚ ਹੋ ਜਾਂਦੀ ਹੈ, ਕਿ ਕਿੰਨੀ ਜਿੰਨੀ ਮਰਜ਼ੀ ਜਗ੍ਹਾ? ਇਹ ਤਾਂ ਫੋਗਿੰਗ ਹੈਗੀ ਹੈ, ਜਿਵੇਂ ਇਸ ਰਸਤੇ 'ਚ ਆਪਾਂ ਘੁੰਮੀ ਜਾਣਾ ਤਾਂ ਇਹ ਜਿੱਥੇ ਜਿੱਥੇ ਜਾਈਏ ਉਹਦੇ ਵਿੱਚ, ਜਾਂ ਕਿਸੇ ਜੇ ਸਪੈਸੀਫਿਕ ਹੈਗਾ ਤਾਂ ਥੋੜ੍ਹਾ ਜਿਹਾ ਧੂੰਆਂ ਅੰਦਰ ਵੀ ਛੱਡਿਆ ਜਾ ਸਕਦਾ। ਕੋਈ ਕਿੰਨਾ ਸਮਾਂ ਮੱਖੀ ਨਹੀਂ ਆਉਂਦੀ ਦੁਬਾਰਾ ਉੱਥੇ? ਉਹਦੇ 'ਚ ਆਪਾਂ ਦੇਖਦੇ ਹਾਂ ਕਿ ਮੈਂ ਵੈਸੇ ਤਾਂ ਅਸੀਂ ਹਫ਼ਤੇ ਬਾਅਦ ਕਰਨੀ ਹੁੰਦੀ ਹੈ, ਪਰ ਅਸੀਂ ਹਫ਼ਤੇ ਬਾਅਦ ਨਹੀਂ ਕਰਾਂਗੇ, ਹੁਣ ਅਸੀਂ ਡੇਲੀ ਕਰਾਂਗੇ ਵਿੱਚ, ਤਾਂ ਕਿ ਇੱਕ ਵਾਰੀ ਇੱਥੋਂ ਮੱਖੀਆਂ ਜਿਹੜੀਆਂ ਆਸੇ ਪਾਸੇ ਜਿਹੜੀਆਂ ਹੈਗੀਆਂ ਭੱਜ ਜਾਣ ਵਿੱਚ ਖਾਸ ਕਰਕੇ। ਹਾਂਜੀ, ਤੁਸੀਂ ਟੋਇਲਟ ਦੀ ਗੱਲ ਕਰਦੇ, ਕਿਹੜਾ ਦਿਖਾਓ ਉਹਦੇ ਵਾਲਾ? ਅਤੇ ਤੁਹਾਨੂੰ ਤਸਵੀਰਾਂ ਸਿੱਧੀਆਂ ਟਿੱਕਰੀ ਬਾਰਡਰ 'ਤੇ ਦਿਖਾ ਰਿਹਾ ਹਾਂ, ਜਿੱਥੇ ਐਨ ਜੀ ਓ ਆ ਪ੍ਰਭ ਆਸਰਾ ਐਨ ਜੀ ਓ ਆ, ਜਿਨ੍ਹਾਂ ਨੇ ਡਾਕਟਰ ਮੁਲਤਾਨੀ ਪਹੁੰਚੇ ਹੋਏ ਨੇ, ਉਹਨਾਂ ਨੇ ਪੂਰਾ ਮਿੰਨੀ ਹੌਸਪੀਟਲ ਬਣਾਇਆ ਹੋਇਆ ਇੱਥੇ, ਪੂਰਾ ਸਿਸਟਮ ਆ, ਪੂਰੀਆਂ ਉਹਨਾਂ ਨੇ ਦੇਖਿਆ ਕਿ ਮੱਖੀਆਂ, ਇੱਥੇ ਮੱਖੀਆਂ ਦੀ ਪ੍ਰੋਬਲਮ ਸੀ। ਡਾਕਟਰ ਸਾਹਿਬ ਨੇ ਦੱਸਿਆ ਕਿ ਇੱਕ ਫੋਗਿੰਗ ਮਸ਼ੀਨ ਵੀ ਲਿਆਂਦੀ ਹੋਈ ਆ, ਜਿਹਦੇ ਨਾਲ ਮੱਖੀਆਂ ਦਾ ਸਫਾਇਆ ਕੀਤਾ ਜਾਂਦਾ, ਮੱਖੀ ਨਹੀਂ ਆਉਂਦੀ। ਸੋ ਵੱਡੀਆਂ ਵੱਡੀਆਂ ਸਹੂਲਤਾਂ ਅਤੇ ਵੱਡੀਆਂ ਵੱਡੀਆਂ ਐਨ ਜੀ ਓ ਇਸ ਮਤਲਬ ਬਾਰਡਰਾਂ 'ਤੇ ਪਹੁੰਚ ਰਹੀਆਂ ਨੇ, ਜਿੱਥੇ ਕਿਸਾਨਾਂ ਦੇ ਧਰਨੇ ਲਗਾਤਾਰ ਜਾਰੀ ਨੇ। ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਟਿੱਕਰੀ ਬਾਰਡਰ ਦੀਆਂ, ਜਿੱਥੇ ਲਗਾਤਾਰ ਤੁਸੀਂ ਸਿੱਧੀਆਂ ਗਰਾਊਂਡ ਜ਼ੀਰੋ ਤੋਂ ਤਸਵੀਰਾਂ ਦੇਖ ਰਹੇ ਹੋ। ਡਾਕਟਰ ਮੁਲਤਾਨੀ ਦੀ ਐਂਬੂਲੈਂਸ ਵੀ ਰੱਖੀ ਹੋਈ ਆ, ਐਨ ਜੀ ਓ ਆ ਪ੍ਰਭ ਆਸਰਾ। ਸੋ ਉਸ ਦੇ ਸੰਬੰਧ ਵਿੱਚ ਇਹਨਾਂ ਕਿਹਾ ਕਿ ਅਸੀਂ ਪੂਰਾ ਇੱਕ ਸਿਸਟਮ ਬਣਾਇਆ ਹੋਇਆ, ਇੱਥੇ ਕੰਟੈਕਟ ਕੀਤਾ ਹੋਇਆ ਨੇੜੇ ਦੇ ਹੌਸਪੀਟਲ ਨਾਲ, ਜੇ ਕਿਸੇ ਵੀ ਮਰੀਜ਼ ਨੂੰ, ਪੇਸ਼ੈਂਟ ਨੂੰ ਕੋਈ ਵੱਡੀ ਦਿੱਕਤ ਆ ਤਾਂ ਉਹਨੂੰ ਉੱਥੇ ਐਡਮਿਟ ਕਰਵਾਇਆ ਜਾਊਗਾ। ਸੋ ਵੱਡੀ ਸੇਵਾ ਕਰ ਰਹੇ ਨੇ ਦਾਨੀ, ਵੱਡੀਆਂ ਐਨ ਜੀ ਓਆਂ ਉੱਭਰ ਕੇ ਬਾਹਰ ਆ ਰਹੀਆਂ ਨੇ ਅਤੇ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਨਾਲ ਹਾਂ, ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦੇਵਾਂਗੇ। ਡਾਕਟਰ ਮੁਲਤਾਨੀ ਸਿਵਲ ਸਰਜਨ ਰਹੇ ਨੇ ਅਤੇ ਹੁਣ ਰਿਟਾਇਰ ਹੋ ਚੁੱਕੇ ਨੇ, ਉਹ ਇੱਥੇ ਸੇਵਾ ਨਿਭਾ ਰਹੇ ਨੇ। ਹਾਂਜੀ ਡਾਕਟਰ ਸਾਹਿਬ, ਇਹ ਟੋਇਲਟਸ ਨੇ, 6 ਟੋਇਲਟਸ ਨੇ, ਇਹਦੇ 'ਚ 5 ਟੋਇਲਟਸ ਨੇ ਅਤੇ 6ਵਾਂ ਜਿਹੜਾ ਹੈਗਾ ਇੱਕ ਵਾਸ਼ਰੂਮ ਹੈ। ਇਹਦੇ 'ਚ ਸਭ ਤੋਂ ਵੱਡੀ ਮੁਸ਼ਕਲ ਆਉਂਦੀ ਸੀ, ਖਾਸ ਕਰਕੇ ਜਿਹੜੇ ਬੰਦੇ ਸੇਵਾ ਕਰ ਰਹੇ ਨੇ ਨਾ, ਜਿਵੇਂ ਕੋਈ ਲੰਗਰ ਹੀ ਬਣਾ ਰਿਹਾ ਜਿਹੜਾ ਹੈਗਾ, ਜਾਂ ਜਿਵੇਂ ਆਪਣੀ ਮੈਡੀਕਲ ਸੇਵਾ ਹੀ ਕਰ ਰਿਹਾ, ਉਹਦੇ ਵਾਸਤੇ ਫਿਰ ਬਹੁਤ ਵੱਡੀ ਮੁਸ਼ਕਲ ਸੀ ਕਿ ਉਹਨੂੰ ਮੁੱਢਲੀ ਸਹੂਲਤਾਂ ਘੱਟੋ ਘੱਟ ਚਾਹੀਦੀ ਹੈ। ਸੋ ਉਸ ਮੁੱਢਲੀ ਸਹੂਲਤ ਵਾਸਤੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸੀ ਉਹ ਟੋਇਲਟਸ ਦੀ ਸੀਗੀ, ਵਾਸ਼ਰੂਮ ਦੀ ਸੀਗੀ, ਬਾਥਰੂਮ, ਉਹ ਸਾਰਾ ਜਿਹੜਾ ਹੈਗਾ ਇਹਦੀ ਤਕਰੀਬਨ 2.5 ਲੱਖ ਰੁਪਇਆ ਕੋਸਟ ਹੈ ਇਸ ਦੀ ਜਿਹੜੀ ਹੈਗੀ ਹੈ। ਮੈਂ ਡਾਕਟਰ ਸਾਹਿਬ ਹੁਣ ਜਿੰਦੇ ਲੱਗੇ ਪਏ ਨੇ, ਕਦੋਂ ਖੋਲਦੇ ਇਹਨੂੰ? ਇਹ ਅਸੀਂ ਨਾ ਹਰ ਇੱਕ ਨੂੰ ਅਲੋਟ ਕਰਤਾ ਕਿ ਜੇ ਹਰ ਇੱਕ ਜਿਵੇਂ ਜਿੱਥੇ ਜਿੱਥੇ ਲੰਗਰ ਲੱਗਿਆ ਹੋਇਆ ਜਿਹੜਾ ਉਹਨਾਂ ਦਾ ਕੋਈ ਮੁਖੀ ਉਹਨੂੰ ਅਲੋਟ ਕਰਤਾ, ਕਿ ਉਸ ਕਿਉਂਕਿ ਇਹਦੀ ਸਾਫ਼ ਸਫਾਈ ਵੀ ਕਰਨੀ ਪੈਂਦੀ ਹੈ ਨਾ, ਉਹਦੀ ਜ਼ਿੰਮੇਵਾਰੀ ਉਸ ਟੋਇਲਟ ਦੀ ਉਹਦੀ ਜ਼ਿੰਮੇਵਾਰੀ ਹੋਈ, ਕਿ ਸਾਂਭ ਸੰਭਾਲ ਕਰਦੇ ਨੇ ਅਤੇ ਜਿੰਦਾ ਲਾ ਕੇ ਚਾਬੀ ਉਹ ਲੈ ਗਏ ਨਾ, ਚਾਬੀਆਂ ਉਹਨਾਂ ਦੇ ਕੋਲ ਨੇ। ਹਾਂ, ਚਾਬੀਆਂ ਜਿਹੜੀਆਂ ਹੈਗੀਆਂ, ਜਿਵੇਂ ਹੁਣ ਜਿਹੜਾ ਸਾਡੇ ਵਾਲੀ ਟੀਮ ਹੈਗੀ ਆ ਉਹਦੇ ਕੋਲ ਇੱਕ ਚਾਬੀ ਹੈ, ਅੱਗੇ ਲੰਗਰ ਲੱਗਿਆ ਉਸ ਦੀ 2 ਨੰਬਰ ਚਾਬੀ ਹੈ, ਜਿਹੜਾ ਉੱਥੇ ਸਟੇਜ ਮੈਨੇਜ ਕਰ ਰਹੇ ਨੇ ਉਸ ਦੀ 3 ਨੰਬਰ ਚਾਬੀ ਹੈ। ਇਸ ਤਰ੍ਹਾਂ ਸਾਰਿਆਂ ਦੇ ਕੋਲ ਵੱਖਰੀਆਂ ਵੱਖਰੀਆਂ ਚਾਬੀਆਂ ਉਹਨਾਂ ਨੂੰ ਦਿੱਤੀਆਂ ਕਿ ਆਪਣੀ ਆਪਣੀ ਟੋਇਲਟ ਨੂੰ ਸਾਫ਼ ਰੱਖਣਾ ਵਿੱਚ ਜਿਹੜਾ ਹੈਗਾ। ਸੋ ਇਹਦਾ ਤੁਸੀਂ ਦੇਖੋ ਡਿਸਪੋਜ਼ਲ ਦਾ ਵੀ ਬੜਾ ਵਧੀਆ ਅਰੇਂਜਮੈਂਟ ਜਿਹੜਾ ਹੈਗਾ, ਕਿ ਨਾਲੋਂ ਨਾਲ ਜਿਹੜਾ ਹੈਗਾ ਜਿਵੇਂ ਉਹ ਡਿਸਪੋਜ਼ਲ ਦਾ
ਖੱਡਾ ਕੁਛ ਕਰਤਾ ਗਿਆ, ਇਹ ਲਾਈਟ ਜਿਹੜੀ ਹੈਗੀ ਆ ਵਿੱਚੋਂ ਨਿਕਲ ਕੇ। ਅੱਛਾ, ਇਹ ਪਾਈਪ ਜਾ ਰਿਹਾ ਉੱਧਰ ਡਿਸਪੋਜ਼ਲ ਦਾ ਇਹਦਾ? ਹਾਂ, ਇਹਦੇ ਵਿੱਚ ਜਿਹੜੀ ਹੈਗੀ ਨਾ ਉਹ ਡਿਸਪੋਜ਼ਲ ਉੱਥੇ ਹੋ ਜਾਂਦੀ ਹੈ ਵਿੱਚ ਜਿਹੜੀ ਹੈਗੀ ਹੈ। ਤੋ ਇਹ ਕਾਫੀ ਕੋਸਟਲੀ ਜਿਹੜੀ ਹੈਗੀ ਹੈ, ਇਹ ਤੁਸੀਂ ਦੇਖ ਰਹੇ ਹੋ ਪ੍ਰਭ ਆਸਰਾ ਵੱਲੋਂ ਜਿਹੜੀ ਹੈਗੀ ਹੈ। ਇਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਲੋਕਾਂ ਨੇ ਇੰਨੇ ਖੁਸ਼ ਹੋ ਕੇ, ਔਰ ਮੇਰੇ ਤਾਂ ਬਹੁਤ ਸਾਰੇ ਰਿਸ਼ਤੇਦਾਰ ਬਾਹਰ ਨੇ, ਛੋਟੀਆਂ ਛੋਟੀਆਂ ਮੇਰੀਆਂ ਭਾਂਜੀਆਂ ਹੈ, ਇੱਕ ਜੋ 2 ਲੱਖ ਰੁਪਇਆ ਭੇਜਿਆ। ਅੱਛਾ ਜੀ। ਨੀਨਾ ਨਾਮ ਦੀ ਭਾਂਜੀ ਮੇਰੀ, ਇੱਕ ਜਸਪਿੰਦਰ ਨਾਮ ਦੀ ਭਾਂਜੀ ਜਿਹੜੀ ਹੈਗੀ ਆ ਅਮਰੀਕਾ ਤੋਂ, ਉਹਨੇ 3 ਲੱਖ ਰੁਪਇਆ ਭੇਜਿਆ। ਉਹਨਾਂ ਨੇ ਸਿਰਫ ਇਹ ਗੱਲ, ਹੋਰ ਦੋਸਤਾਂ ਨੇ ਵੀ ਭੇਜਿਆ, ਮਾਲ ਸਾਹਿਬ ਨੇ ਸਾਡੇ ਉਹਨਾਂ ਨੇ ਭੇਜਿਆ, ਬਹੁਤ ਸਾਰੇ ਦੋਸਤ ਹੋਰ ਨੇ ਉਹਨਾਂ ਨੇ, ਉਹਨਾਂ ਨੂੰ ਸਿਰਫ ਇਹ ਸੀਗਾ ਕਿ ਇਹ ਪੈਸੇ ਜਿਹੜੇ ਨੇ ਨਾ ਇਹ ਸਪੈਸੀਫਿਕ ਕਿਸਾਨਾਂ ਦੇ ਉੱਤੇ ਖਰਚ ਕਰਨੇ ਨੇ। ਹਾਂ, ਤੋ ਮੇਰਾ ਕਹਿੰਦਾ ਮਨ ਹੈਗਾ ਕਿ ਇਹ ਜਿਹੜੀ ਪ੍ਰੋਟੈਸਟ ਹੋਣ ਦੀ ਘੜੀ ਚੱਲ ਰਿਹਾ, ਇਹ ਹੱਕ ਸੱਚ ਦਾ ਪ੍ਰੋਟੈਸਟ ਹੈ। ਐਸਾ ਸੰਘਰਸ਼ ਨੋਰਮਲੀ, ਮੇਰੀ ਵੀ ਹੁਣ 60 ਸਾਲ ਉਮਰ ਹੋਣ ਲੱਗੀ ਹੈ, ਲੇਕਿਨ ਮੈਂ ਤਾਂ ਕਦੀ ਦੇਖਿਆ ਨਹੀਂ ਵਿੱਚ। ਤੁਸੀਂ ਬੱਚਿਆਂ ਦੀ ਗੱਲ ਕਰੀ, ਬੱਚਿਆਂ ਨੂੰ ਅਸੀਂ ਵੀ ਦੇਖਦੇ ਹਾਂ, ਆਪਣੀਆਂ ਛੋਟੀਆਂ ਛੋਟੀਆਂ ਬੱਚਿਆਂ ਨੇ ਗੋਲਕਾਂ ਲਾਈਆਂ ਹੋਈਆਂ ਨੇ ਘਰ, ਉਹ ਲੈ ਕੇ ਆ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਹੱਕ 'ਚ, ਮਤਲਬ ਉਹਨਾਂ ਨੂੰ ਪੈਸੇ ਦੇਣੇ ਨੇ ਤਾਂ ਕਿ ਉਹਨਾਂ ਨੂੰ ਮੁਹੱਈਆ ਹੋਵੇ, ਉਹਨਾਂ ਦਾ ਫਾਇਦਾ ਹੋਵੇ। ਹਾਂ ਬਿਲਕੁਲ, ਮੈਂ ਤੁਹਾਨੂੰ ਦੱਸਿਆ ਕਿ ਮੇਰੀਆਂ ਭਾਂਜੀਆਂ ਨੇ ਉੱਥੋਂ ਅਮਰੀਕਾ ਤੋਂ, ਉਹਨਾਂ ਨੇ ਉਹ ਦੇਖਿਆ ਕਿ ਮਾਮਾ ਜੀ ਕੰਮ ਕਰਦੇ ਨੇ, ਤਾਂ ਉਹਨਾਂ ਨੇ ਹੋਰ ਵੀ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਜਿਹੜੇ ਹੈਗੇ ਨੇ, ਦੋਸਤ ਜਿਹੜੇ ਹੈਗੇ ਨੇ, ਮਿੱਤਰ, ਉਹਨਾਂ ਨੇ ਕਾਫੀ ਸਾਰੇ ਪੈਸੇ ਵੀ ਕਿਸਾਨਾਂ 'ਤੇ ਖਰਚ ਕਰਨੇ ਨੇ। ਉਹਨਾਂ ਨੂੰ ਇਹ ਲੱਗ ਰਿਹਾ ਕਿ ਕਿਸਾਨ, ਕਿਉਂਕਿ ਹੈ ਤਾਂ ਅਸੀਂ ਪਿੰਡ ਦੇ ਰਹਿਣ ਵਾਲੀ ਸਾਰੇ ਕਿਸਾਨਾਂ ਦੀ ਜਿਹੜੀ ਹੈਗੀ ਆ ਉਹ ਸਾਰੀ ਫੈਮਿਲੀ, ਔਰ ਮੇਰੀ ਚਲੋ ਇਨਵੋਲਵਮੈਂਟ ਹੋਰ ਲੈਵਲ 'ਤੇ ਵੀ ਰਹਿੰਦੀ ਹੈ, ਲੇਕਿਨ ਇਹ ਜਿਹੜਾ ਹੱਕ ਸੱਚ ਵਾਲੀ ਲੜਾਈ ਹੈ, ਕਦੀ ਕਦੀ ਮੌਕੇ ਮਿਲਦੇ ਨੇ ਮੈਨੂੰ, ਵੈਸੇ ਬਹੁਤ ਸਾਰੇ ਮੌਕੇ ਮਿਲੇ, ਕਿਉਂਕਿ ਤੁਸੀਂ ਦੇਖਿਆ ਹੋਣਾ ਪੋਲੀਓ ਖਤਮ ਹੋਇਆ, ਉਹ ਸਾਡੀ ਐਕਟਿਵ ਸਰਵਿਸ ਦੇ ਦੌਰਾਨ ਹੀ ਖਤਮ ਹੋਇਆ, 95 'ਚ ਸਟਾਰਟ ਹੋਈ ਇਸ ਕੰਪੇਨ, 2013 'ਚ ਪੋਲੀਓ ਖਤਮ ਹੋਇਆ, ਹੁਣ ਕੋਵਿਡ ਦਾ ਸੀਗਾ, ਅਤੇ ਮੈਨੂੰ ਬਹੁਤ ਵਾਰੀ ਮੌਕਾ ਮਿਲਿਆ ਮੀਡੀਆ ਦੇ ਵਿੱਚ, ਖਾਸ ਕਰਕੇ ਸਪੈਸੀਫਿਕਲੀ ਉੱਤੇ ਬੋਲਣ ਵਾਸਤੇ, ਮਰੀਜ਼ਾਂ ਨੂੰ ਟ੍ਰੀਟ ਕਰਨ ਵਾਸਤੇ। ਇਸ ਵੀਡੀਓ ਦੇ ਦੌਰਾਨ ਲੋਕ ਡਰਦੇ ਰਹੇ, ਲੇਕਿਨ ਅਸੀਂ, ਮੈਂ ਦੇਖ ਰਿਹਾ ਸੀਗਾ 5-6 ਮਹੀਨਿਆਂ ਦੇ ਵਿੱਚ 8000 ਮਰੀਜ਼ ਤਾਂ ਮੈਂ ਹੀ ਦੇਖ ਲਿਆ। ਅੱਛਾ ਜੀ। ਹਾਂ, ਸੋ ਮੇਰਾ ਕਹਿੰਦਾ ਮੈਂ ਹੈਗਾ ਵੀ ਉਸ ਤੋਂ ਨਹੀਂ, ਇਹ ਜਿਹੜੀ ਹੱਕ ਸੱਚ ਦੀ ਲੜਾਈ ਹੈ, ਇਸ ਤੋਂ ਡਰਨ ਵਾਲੇ ਨਹੀਂ ਹੈ, ਇੱਥੇ ਵੀ ਸਵਾਲ ਇਹੀ ਹੈ, ਹੁਣ ਵੀ ਪੁੱਛਦੇ ਹਾਂ ਕਈ ਵਾਰੀ ਕਿ ਕੋਵਿਡ ਹੁਣ ਕਿੱਥੇ ਗਿਆ, ਮੈਂ ਕਿਹਾ ਕੋਵਿਡ ਤਾਂ ਉੱਥੇ ਹੀ ਹੈ, ਪਰ ਹੱਕ ਸੱਚ ਦੀ ਲੜਾਈ 'ਚ ਫਿਰ ਕੋਵਿਡ ਕੋਲ ਨਹੀਂ ਡਰਨਾ ਪੈਂਦਾ, ਜੋ ਮਰਜ਼ੀ। ਹਾਂ, ਸੋ ਇਸ ਕਰਕੇ ਹੈਗਾ ਕਿ ਇਹ ਸਰਕਾਰ ਜਿਹੜੀ ਕੋਵਿਡ ਨਾਲ ਡਰਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ, ਤੁਹਾਨੂੰ ਪਤਾ ਇਸ ਗੱਲ ਦੇ ਵਾਸਤੇ, ਉਸ ਤੋਂ ਨਹੀਂ ਡਰਦੇ ਅਸੀਂ ਜਿਹੜੇ ਹੈਗੇ ਆ। ਭਾਵੇਂ ਡਾਕਟਰ ਸਾਹਿਬ ਕਦੋਂ ਤੋਂ ਤੁਸੀਂ, ਕਦੋਂ ਤੋਂ ਇਹ ਜ਼ਿੰਮੇਵਾਰੀ ਆਪਣੀ ਸਾਂਭੀ ਹੋਈ ਹੈ? ਮੈਨੂੰ ਤਾਂ ਹੁਣ ਜਿਹੜੀ ਹੈਗੀ, ਜਦੋਂ ਤੋਂ ਜੰਮਿਆ ਇਹੀ ਜ਼ਿੰਮੇਵਾਰੀਆਂ ਨੇ ਸਾਰੀਆਂ। ਨਹੀਂ, ਇੱਥੇ ਟਿੱਕਰੀ ਬਾਰਡਰ 'ਤੇ, ਟਿੱਕਰੀ ਬਾਰਡਰ 'ਤੇ ਅਸੀਂ ਇਹ ਮੇਰਾ ਹੁਣ ਇਹ ਤਕਰੀਬਨ ਦੂਸਰਾ ਚੱਕਰ ਹੈ ਵਿੱਚੋਂ, ਇਹ ਹਫ਼ਤਾ ਹੋ ਗਿਆ ਅਸੀਂ ਇੱਥੇ ਆਇਆ ਨੂੰ, ਇਹ ਜਿਹੜਾ ਸਿਸਟਮ ਇਹ ਸਾਰਾ ਹੁਣ ਸਿਸਟਮ ਵਰਕਿੰਗ 'ਚ ਕਰਤਾ, ਅਤੇ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਆਊਟਡੋਰ ਵਾਲਾ ਰੱਖਿਆ ਸੀ, ਹੁਣ ਇਹ ਇਨਡੋਰ ਵੀ ਕਰ ਦਿੱਤਾ ਵਿੱਚ, ਐਂਬੂਲੈਂਸ ਤਾਂ ਸਾਡੀ ਪਹਿਲਾਂ ਵੀ ਖੜੀ ਸੀ ਵਿੱਚ ਜਿਹੜੀ ਹੈਗੀ ਆ, ਹੋਰ ਸਰਵਿਸਿਜ਼ ਜਿਹੜੀਆਂ ਉਹ ਐਡ ਅਪ ਕਰ ਰਹੀਆਂ। ਵੈਸੇ ਅਸੀਂ ਕੋਸ਼ਿਸ਼ ਕਰਾਂਗੇ ਕਿ, ਚਾਹਾਂਗਾ ਤਾਂ ਮੈਂ ਕਿ ਪ੍ਰੋਟੈਸਟ ਖਤਮ ਹੋ ਜਾਵੇ, ਲੇਕਿਨ ਬਾਈ ਚਾਂਸ ਲੰਬਾ ਹੁੰਦਾ ਤਾਂ ਅਸੀਂ ਅਰੇਂਜ ਕਰ ਰਹੇ ਹਾਂ ਸ਼ਾਇਦ ECG ਮਸ਼ੀਨ ਵੀ ਲਿਆ ਕੇ, ਤਾਂ ਕਿ ਕਿਸੇ ਬੰਦੇ ਨੂੰ ਕੋਈ ਮੁਸ਼ਕਲ ਨਾ ਆਵੇ। ਹਾਂ, ਉਹਨੂੰ ਇਮੀਡੀਏਟ ਜਿਹੜੀ ਸਰਵਿਸਿਸ ਜਿਹੜੀਆਂ ਹੈਗੀਆਂ ਨੇ ਉਹ ਮਤਲਬ ਮਿਲ ਜਾਣ ਉਹਨੂੰ, ਔਨ ਦਾ ਸਪੋਟ ਜਿਹਨੂੰ ਆਪਾਂ ਸਰਵਿਸਿਸ। ਡਾਕਟਰ ਸਾਹਿਬ ਤੁਸੀਂ ਇੱਥੇ ਰਹਿੰਦੇ ਹੋ ਦਿਨ ਰਾਤ? ਹੁੰਦੀ ਘੜੀ ਤਾਂ ਮੈਂ ਇੱਥੇ ਰਹਿ ਰਿਹਾ, ਜਿੰਨੇ ਦਿਨ ਮੈਂ ਹੁਣ ਇੱਥੇ ਰਹਾਂਗਾ ਫਿਰ ਇੱਥੇ ਰਹਾਂਗਾ, ਸਾਡੇ ਇਹ ਪਰਮਾਨੈਂਟ ਇੱਕ ਟੀਮ ਜਿਹੜੀ ਹੈਗੀ ਉਹ ਬਣ ਚੁੱਕੀ ਹੈ, ਉਹ ਰਿਪਲੇਸ ਹੁੰਦੀ ਰਹੇਗੀ ਹੋਰ ਦੂਸਰੇ ਦੇ ਨਾਲ, ਮਤਲਬ ਕੋਈ ਨਾ ਕੋਈ ਕੁਆਲੀਫਾਈਡ ਬੰਦਾ ਜਿਹੜਾ ਹੈਗਾ ਉਹ ਜ਼ਰੂਰ ਇੱਥੇ ਰਹੇਗਾ, ਮੈਡੀਸਨ ਤਾਂ ਰਹੇਗੀ ਨਾਲ ਕੁਆਲੀਫਾਈਡ ਬੰਦਾ ਵੀ ਜ਼ਰੂਰ ਰਹੇਗਾ ਵਿੱਚ। ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪ੍ਰਭ ਆਸਰਾ ਐਨ ਜੀ ਓ ਵੱਲੋਂ ਡਾਕਟਰ ਮੁਲਤਾਨੀ ਨੇ ਸਾਡੇ ਨਾਲ ਮੌਜੂਦ, ਜੋ ਪੂਰੀਆਂ ਸਹੂਲਤਾਂ ਦੇ ਰਹੇ ਨੇ ਕਿਸਾਨਾਂ ਨੂੰ ਕਿ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇਵਾਂਗੇ। ਸੋ ਉਹਨਾਂ ਇਹ ਵੀ ਕਿਹਾ ਐਂਬੂਲੈਂਸਾਂ ਰੱਖੀਆਂ ਹੋਈਆਂ ਨੇ, ਦਵਾਈਆਂ ਨੇ, ਸੋ ਪ੍ਰਬੰਧ ਉਹਨਾਂ ਦੇ ਪੂਰੇ ਨਿਵੇਕਲੇ ਕੀਤੇ ਹੋਏ ਨੇ। ਡਾਕਟਰ ਮੁਲਤਾਨੀ ਸਾਡੇ ਨਾਲ ਨੇ, ਗੱਲਬਾਤ ਜਾਰੀ ਆ ਸਾਡੀ ਡਾਕਟਰ ਸਾਹਿਬ ਨਾਲ। ਹਾਂਜੀ ਹਾਂਜੀ, ਮੈਂ ਇੱਕ ਗੱਲ ਹੋਰ ਜੋ, ਮੈਂ ਸਟੇਜ 'ਤੇ ਵੀ ਹੁਣੇ ਗੱਲ ਕਹੀ ਹੈ, ਥੋੜ੍ਹੀ ਦੇਰ ਪਹਿਲਾਂ ਮੈਂ ਸਟੇਜ 'ਤੇ ਬੋਲ ਕੇ ਆਇਆ ਕਿ ਜਿਹੜੀਆਂ ਆਮ ਬਿਮਾਰੀਆਂ ਨੇ ਨਾ, ਉਹਨਾਂ ਦਾ ਕਾਰਨ ਇੱਕ ਹੋਇਆ ਪਿਆ ਕਿ ਦੇਖੋ ਲੋਕ ਇਮੋਸ਼ਨਲ ਹੋ ਕੇ ਇਸ ਪ੍ਰੋਟੈਸਟ ਦੇ ਵਿੱਚ ਵੀ ਆਏ ਹੋਏ ਨੇ, ਸੱਚ ਦੀ ਲੜਾਈ ਲੜ ਰਹੇ ਨੇ ਔਰ ਹੱਕ ਦੀ ਲੜਾਈ ਲੜ ਰਹੇ ਨੇ, ਲੇਕਿਨ ਡਾਈਟ ਬਾਰੇ ਮੈਂ ਸਟੇਜ 'ਤੇ ਵੀ ਕਹਿ ਕੇ ਆਇਆ ਕਿ ਆਪਾਂ ਪਕਵਾਨ ਨਾ ਪਕਾਈਏ,
ਸਿੰਪਲ ਖਾਣਾ ਜਿਹੜਾ ਹੈਗਾ ਬਣਾਉਣ ਦੀ ਕੋਸ਼ਿਸ਼ ਕਰੀ, ਕਿਉਂਕਿ ਹੁਣ ਬਹੁਤ ਸਾਰੇ ਮਰੀਜ਼ ਜਿਹੜੇ ਨੇ ਨਾ ਉਸ ਤਰ੍ਹਾਂ ਪਹਿਲਾਂ ਸ਼ੁਰੂ ਸ਼ੁਰੂ 'ਚ ਨਹੀਂ ਸੀ ਹੈ, ਪਰ ਹੁਣ ਆਉਣ ਲੱਗ ਗਏ ਵਿੱਚ। ਡਾਕਟਰ ਸਾਹਿਬ ਆਪਾਂ ਦੇਖ ਰਹੇ ਇੱਕ ਹਾਰਟ ਅਟੈਕ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ, ਡੈਥਸ ਹੋ ਰਹੀਆਂ ਨੇ ਜਿੰਨੀਆਂ ਵੀ ਹੋਈਆਂ ਨੇ, ਤੁਹਾਨੂੰ ਕੀ ਲੱਗਦਾ ਜਿਵੇਂ ਪਿੰਨੀਆਂ ਵਗੈਰਾ ਚੱਲਦੀਆਂ ਨੇ? ਰਾਜੇਵਾਲ ਸਾਹਿਬ ਨੇ ਵੀ ਸਟੇਜ ਤੋਂ ਕਿਹਾ ਸੀ ਕਿ ਪਿੰਨੀਆਂ ਵੱਲ ਧਿਆਨ ਦਿਓ ਕਿ ਬਾਹਲੀਆਂ ਪਿੰਨੀਆਂ ਨਾ ਖਾਓ, ਵੀ ਮਤਲਬ ਤੁਸੀਂ ਉਹਨਾਂ ਕੰਮ ਹੁੰਦਾ ਨਹੀਂ ਹੈਗਾ, ਮਤਲਬ ਹੁਣੀ ਹੁੰਦੀ ਕੀ ਕਹੋਗੇ ਇਹਦੇ ਬਾਰੇ? ਮੈਂ ਉਹੀ ਗੱਲ ਦੱਸ ਰਿਹਾ ਸੀ ਕਿ ਮੈਨੂੰ ਲੱਗਦਾ ਕਿ ਸਟੇਜ ਸੈਕਟਰੀ ਸਾਹਿਬ ਨੇ ਵੀ ਸਾਡੇ ਨੇ ਅੱਜ ਇੱਥੇ ਇਹ ਗੱਲ ਕਹੀ ਹੈ ਵੀ ਅਸੀਂ ਨਹੀਂ ਆਪਣੇ ਮੂੰਹ ਕਹਿ ਸਕਦੇ, ਡਾਕਟਰ ਮੁਲਤਾਨੀ ਕਹਿ ਗਏ ਨੇ ਵਿੱਚ ਜਿਹੜੀ ਹੈਗੇ। ਮੈਂ ਉੱਥੇ ਕਹਿ ਕੇ ਆਇਆ ਕਿ ਆਪਾਂ ਨੂੰ ਨਾ ਥੋੜ੍ਹਾ ਖਾਣਾ ਸਿੰਪਲ ਰੱਖਣਾ ਪਏਗਾ, ਨਾਲੇ ਜਦੋਂ ਬਹੁਤ ਗਰੁੱਪ ਦੇ ਵਿੱਚ ਵੱਡਾ ਖਾਣਾ ਬਣਦਾ ਨਾ, ਚਾਂਸਿਸ ਹੁੰਦੇ ਨੇ ਕਈ ਵਾਰੀ ਸ਼ਾਇਦ ਹੋ ਸਕਦਾ ਥੋੜ੍ਹਾ ਕੱਚਾ ਪੱਕਾ ਵੀ ਹੋ, ਕਦੀ ਕਦੀ ਹੈ। ਵੈਸੇ ਮੈਂ ਦੇਖਿਆ ਬਹੁਤ ਸਵਾਦ ਖਾਣਾ ਵੀ ਮਿਲਦਾ ਇੱਥੇ ਵਿੱਚ ਜਿਹੜਾ ਹੈਗਾ, ਉਹ ਸਵਾਦ ਸਵਾਦ 'ਚ ਨਾ ਜ਼ਿਆਦਾ ਖਾ ਜਾਂਦੇ ਆਪਾਂ ਜਿਹੜੀ ਹੈਗੀ ਹੈ, ਅਤੇ ਉਹ ਕੋਸ਼ਿਸ਼ ਆਪਾਂ ਨੂੰ ਹੋਣੀ ਚਾਹੀਦੀ ਹੈ ਕਿ ਆਪਾਂ ਖਾਣਾ ਥੋੜ੍ਹਾ ਸਿੰਪਲ ਰੱਖਿਆ ਜਾਵੇ ਅਤੇ ਉਹਦੀ ਕੁਆਲਿਟੀ ਥੋੜ੍ਹੀ ਜ਼ਿਆਦਾ ਵਧੀਆ ਬਣਾਈ ਜਾਵੇ। ਹਾਂ, ਦੋ ਗੱਲਾਂ ਦਾ ਖਿਆਲ ਰੱਖਣਾ ਪਏਗਾ, ਕਿਉਂਕਿ ਜਦੋਂ ਮਾਸ ਮੂਵਮੈਂਟਸ ਹੁੰਦੀਆਂ ਨਾ, ਫਿਰ ਇੱਦਾਂ ਦੀ ਪ੍ਰੋਬਲਮ ਜਿਹੜੀ ਹੈਗੀ ਹੈ। ਆਪਣੇ ਕੋਲ ਪੇਸ਼ੈਂਟ ਬਹੁਤ ਆ ਰਹੇ ਨਾ ਬਾਦਾ ਜਿੰਮੀ ਵਾਲੇ? ਹਾਂ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਹੈ ਉਹੀ ਵੀ ਲੰਗਰ ਲੱਗੇ ਹੋਏ ਨੇ ਵੱਖੋ ਵੱਖਰੇ, ਅਗਲਾ ਜਿਹੜਾ ਲੰਗਰ 'ਚ ਆਇਆ ਉਹ ਖਾ ਲਈ, ਜਿਹੜਾ ਵੀ ਖਾ ਲਿਆ। ਨਾਲੇ ਦੂਸਰੀ ਗੱਲ ਹੈ ਕੰਮ ਹੈ ਨਹੀਂ ਨਾ ਕੋਈ ਵੀ, ਬੈਠਣਾ, ਫਿਰ ਦੂਰੋਂ ਦੂਰੋਂ ਲੋਕ ਆ ਰਹੇ ਹੈ, ਫਿਰ ਬਜ਼ੁਰਗ ਲੋਕ ਹੈਗੇ ਆ ਵਿੱਚ, ਕਈ ਮੈਨੇ ਦੇਖਿਆ ਕਈ ਨਾ ਵੱਡੀਆਂ ਬਿਮਾਰੀਆਂ ਦੀਆਂ ਦਵਾਈਆਂ ਵੀ ਛੱਡੀ ਬੈਠੇ ਆ ਵਿੱਚ, ਉਹਦੇ 'ਤੇ ਵੀ ਆਪਾਂ ਨੂੰ ਥੋੜ੍ਹਾ ਜਿਹਾ ਇਹ ਹੈਗਾ ਵੀ ਘਰੋਂ ਚੱਲੋ ਅਤੇ ਜਾਂ ਤਾਂ ਦਵਾਈ ਆਪਣੀ ਲੈ ਕੇ ਚੱਲੋ ਜਾਂ ਫਿਰ ਇੱਥੇ ਆਣ ਕੇ ਅਰੇਂਜ ਕਰਕੇ ਦਵਾਈ ਖਾਓ। ਯਾਨੀ ਕਿ ਨੋਰਮਲ ਆਪਾਂ ਦੇਖਦੇ ਸ਼ੂਗਰ ਬੀ ਪੀ ਦੇ ਮਰੀਜ਼ ਆਮ ਨੇ, ਬਹੁਤ ਜ਼ਿਆਦਾ ਨੇ, ਕਾਫੀ ਜ਼ਿਆਦਾ ਨੇ। ਯਾਨੀ ਕਿ ਦਵਾਈ ਛੱਡਤੀ ਉਹਨਾਂ ਨੇ ਵਿਚ ਆ ਕੇ? ਦਵਾਈ ਉਹ ਇਸ ਕਰਕੇ ਛੱਡ ਦਿੱਤੀ ਕਿਉਂਕਿ ਉਹ ਕਈ ਵਾਰੀ ਕਈ ਬੰਦਾ ਘਰੋਂ ਛੋੜ ਦੇ ਸਕਦੇ, ਸ਼ਾਇਦ ਮੈਂ 2 ਦਿਨ ਹੀ ਲੱਗਦੇ ਨੇ, ਪਰ ਇਹ ਤਾਂ ਸਰਕਾਰ ਢੀਠ ਬੈਠੀ ਆ, ਪਤਾ ਨਹੀਂ ਕਿੰਨੇ ਦਿਨ ਲਵਾਊਗੀ ਇੱਧਰ। ਆ ਤੁਸੀਂ ਦੇਖਿਆ ਹੁਣ ਜੋ ਕੁਛ ਵੀ ਆਪਾਂ ਕਹਿ ਰਹੇ ਹਾਂ ਵਿੱਚ, ਪਰ ਉਹਦੇ 'ਚ ਮੇਰਾ ਕਹਿੰਦਾ ਮਤਲਬ ਹੈਗਾ ਵੀ ਬਜ਼ੁਰਗ ਆਦਮੀ ਜਾਂ ਬਿਮਾਰ ਆਦਮੀ ਥੋੜ੍ਹਾ ਜਿਹਾ ਇੱਥੇ ਆਉਣ ਤੋਂ ਜਾਂ ਤਾਂ ਪਰਹੇਜ਼ ਕਰਨ ਅਤੇ ਜਾਂ ਫਿਰ ਆਪਣੀ ਦਵਾਈ ਦਾ ਅਰੇਂਜਮੈਂਟ ਜ਼ਰੂਰ ਕਰਨ ਜਾਂ ਉਹਦਾ ਚੈੱਕਅਪ ਜ਼ਰੂਰ ਕਰਾਉਣ। ਕਈ ਵਾਰੀ ਇੱਥੇ ਲੋਕ ਕਹਿ ਰਹੇ ਨਹੀਂ ਜੀ ਆਪਾਂ ਤਾਂ ਮਰ ਕੇ ਜਾਣਾ, ਮੈਂ ਕਿਹਾ ਆਪਾਂ ਮਰਨ ਵਾਸਤੇ ਨਹੀਂ ਹੈ, ਆਪਾਂ ਪਹਿਲੀ ਗੱਲ ਤਾਂ ਆਪਾਂ ਤਾਂ ਬਚਾਉਣ ਵਾਸਤੇ ਹਾਂ, ਸੰਘਰਸ਼ ਵੀ ਜਿਹੜਾ ਹੈਗਾ ਉਹ ਜਿਉਂਦੇ ਜੀ ਜਿੱਤਿਆ ਜਾ ਸਕਦਾ, ਮਰ ਕੇ ਥੋੜ੍ਹੀ ਜਿੱਤਿਆ ਜਾ ਸਕਦਾ ਵਿੱਚ। ਹਾਂ, ਸੋ ਅੱਜ ਆਪਾਂ ਨੂੰ ਜ਼ਰੂਰਤ ਹੈਗੀ ਹੈ ਕਿ ਜਿੱਥੇ ਆਪਾਂ ਲੜਾਈ ਲੜ ਰਹੇ ਹਾਂ ਉੱਥੇ ਥੋੜ੍ਹਾ ਥੋੜ੍ਹਾ ਸਿਹਤ ਦਾ ਖਿਆਲ ਵੀ ਜ਼ਿਆਦਾ ਢੰਗ ਨਾਲ ਰੱਖੀਏ ਵਿੱਚ। ਸੋ ਉਹਦੇ ਵਾਸਤੇ ਵੱਖਰੀਆਂ ਵੱਖਰੀਆਂ ਕਈ ਸਾਰੀਆਂ NGOs ਨੇ ਜਿਹੜਾ ਵੱਖਰੇ ਵੱਖਰੇ ਢੰਗ ਨਾਲ ਕੰਮ ਕਰ ਰਹੀਆਂ ਨੇ, ਅਤੇ ਲੋਕਾਂ ਨੂੰ ਚਾਹੀਦਾ ਕਿ ਉੱਥੇ ਆਪਣਾ ਚੈੱਕਅਪ ਕਰਾ ਕੇ ਦਵਾਈ ਦੇ ਜਿਹੜਾ ਹੈਗਾ ਉਹਦੇ 'ਤੇ ਅਰੇਂਜ ਰੱਖਣ ਵਿੱਚ। ਹਾਂ, ਸੋ ਡਾਕਟਰ ਮੁਲਤਾਨੀ ਨੇ ਪੂਰੀ ਜ਼ਿੰਮੇਵਾਰੀ ਸਾਂਭੀ ਹੋਈ ਆ, ਇੱਥੇ ਦਵਾਈਆਂ ਦੇ ਰਹੇ ਨੇ, ਚੈੱਕਅਪ ਕਰ ਰਹੇ ਨੇ ਮਰੀਜ਼ਾਂ ਦਾ, ਅਤੇ ਕਹਿ ਰਹੇ ਨੇ ਕਿ ਖਾਣ ਪੀਣ ਦੇ ਲੰਗਰ ਬਹੁਤ ਲੱਗੇ ਹੋਏ ਨੇ। ਡਾਕਟਰ ਸਾਹਿਬ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਆ ਕਿ ਖਾਣ ਪੀਣ ਦਾ ਆਪਣਾ ਵੀ, ਸਾਡੇ ਲਈ ਪੇਸ਼ੈਂਟ ਆਉਂਦੇ ਨੇ ਵਧ ਹਾਜ਼ਮੀ ਆ ਜੀ, ਆਹ ਮਤਲਬ ਪ੍ਰੋਬਲਮ ਆ, ਜਾਨੀ ਕਿ ਖਾਣ ਪੀਣ 'ਚ ਕੋਈ ਪਿੰਨੀਆਂ ਨੇ, ਹਾੜ ਨੇ, ਹੋਰ ਵੀ ਉਹ ਨਹੀਂ ਖਾਣੀਆਂ ਚਾਹੀਦੀਆਂ, ਸਿਰਫ ਸਿੰਪਲ ਖਾਣਾ ਖਾਧਾ ਜਾਵੇ ਕਿਉਂਕਿ ਕੋਈ ਐਕਸਰਸਾਈਜ਼ ਨਹੀਂ ਹੈਗੀ, ਜਿਹਦੇ ਕਰਕੇ ਵੱਡੀਆਂ ਪ੍ਰੋਬਲਮਾਂ ਵੀ ਆ ਰਹੀਆਂ ਨੇ। ਸੋ ਡਾਕਟਰ ਸਾਹਿਬ ਨੇ ਸਾਨੂੰ ਸਾਰਾ ਦੱਸਿਆ ਕਿ ਕਿਵੇਂ ਅਸੀਂ ਕਰਦੇ ਹਾਂ, ਕਿੰਨੀਆਂ ਸਹੂਲਤਾਂ ਦੇ ਰਹੇ ਹਾਂ, ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ। ਐਂਬੂਲੈਂਸ ਖੜੀ ਆ, ਮਿੰਨੀ ਹੌਸਪੀਟਲ ਬਣਾਇਆ ਹੋਇਆ ਇੱਥੇ, NGO ਦਾ ਵੱਡਾ ਉਪਰਾਲਾ, ਡਾਕਟਰ ਸਾਹਿਬ ਦਾ ਵੱਡਾ ਉਪਰਾਲਾ। ਸੋ ਤੁਹਾਨੂੰ ਟਿਕਰੀ ਬਾਰਡਰ ਦੀਆਂ ਸਿੱਧੀਆਂ ਤਸਵੀਰਾਂ ਦਿਖਾਈਆਂ ਨੇ ਕਿ ਕਿਵੇਂ ਚੈੱਕਅਪ ਕੈਂਪ ਲੱਗੇ ਹੋਏ ਨੇ, ਕਿਵੇਂ ਇੱਥੇ ਲੰਗਰ ਲੱਗੇ ਹੋਏ ਨੇ, ਕਿਵੇਂ ਕਿਸਾਨ ਪਹੁੰਚੇ ਹੋਏ ਨੇ, ਕਿਵੇਂ ਟਰਾਲੀਆਂ ਖੜੀਆਂ ਨੇ, ਸਾਰਾ ਸਿਸਟਮ, ਵੱਡੀ ਗਿਣਤੀ ਵਿੱਚ ਲੋਕ ਮੌਜੂਦ ਨੇ, ਧਰਨੇ ਪ੍ਰਦਰਸ਼ਨ ਜਾਰੀ ਨੇ, ਕਹਿ ਰਹੇ ਨੇ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਘਰ ਵਾਪਸ ਪਰਤਾਂਗੇ। ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ, ਟਿਕਰੀ ਬਾਰਡਰ।